ਸਾਜੀ ਗਰਮੀ ਜਿਹੜੀ ਐਤਕੀ ਪਈ ਹੈ ਕੈਸੀ ਪਈ ਹੈ? ਬਹੁਤ ਗਰਮੀ ਪਈ ਹੈ, ਗਰਮੀ ਇਸ ਲਈ ਜ਼ਿਆਦਾ ਖਤਰਨਾਕ ਪਈ ਹੈ ਕਿ ਨਮੀ ਜਿਹੜੀ ਹੈ ਨਾ ਉਹ ਘੱਟ ਜਾਂਦੀ ਸੀ, ਉਹ 12-13 ਤੇ ਆ ਜਾਵੇ ਕਬੂਤਰ ਬੜਾ ਅਲਗਰਜੀ ਹੋ ਜਾਏ ਮਰ ਜਾਂਦਾ। ਐਤਕੀ 7-8 ਤੇ ਵੀ ਆਉਂਦੀ ਰਹੀ ਹੈ? ਨਹੀਂ ਬਾਬਾ 10-10 ਉਹ ਜੋ ਵੀ ਰਹੀ ਨਾ ਗਰਮੀ ਦੀ ਵਜ੍ਹਾ ਨਾਲ ਨਾ ਡੀਹਾਈਡਰੇਸ਼ਨ ਨਾਲ ਕਬੂਤਰ ਉੱਡ ਉੱਡ ਕੇ ਮਰ ਜਾਂਦਾ, ਜ਼ਾਇਆ ਹੋ ਜਾਂਦਾ। ਜਿਹੜਾ ਜ਼ਰਾ ਕਬੂਤਰ ਨੂੰ ਨਹੀਂ ਆਪਣਾ ਕੰਟਰੋਲ ਕਰੇਗਾ, ਉੱਡ ਕੇ ਆਏ ਨੂੰ ਨਹੀਂ ਸਾਂਭ ਸਕਦਾ, ਉਹ ਇਸ ਗਰਮੀ ਕਬੂਤਰ ਪਰਫਾਰਮ ਨਹੀਂ ਕਰਦਾ। ਤੁਸੀਂ ਦੇਖ ਲਓ ਇਸ ਗਰਮੀ ਜ਼ਿਆਦਾ ਲੰਬੀਆਂ ਪਰਵਾਜ਼ਾਂ ਨਹੀਂ ਆਈਆਂ, ਕਾਫੀ ਜੀ ਤਰ੍ਹਾਂ ਵਾਲੇ ਨੇ ਉਹਨਾਂ ਦੇ ਵੀ 12 ਤੋਂ ਲੈ ਕੇ 1-2 ਤੱਕ ਬਹਿੰਦੇ ਆਏ। ਜਿਹੜਾ ਬੰਦਾ ਇੱਕ ਉਸਤਾਦ ਬਣ ਗਿਆ ਨਾ ਉਹ ਭਾਵੇਂ ਕਿੱਡਾ ਵੱਡਾ ਉਸਤਾਦ ਹੈ ਕਿੱਡਾ ਛੋਟਾ ਉਸਤਾਦ, ਉਹਦਾ ਕੈਲਿਬਰ ਜਿਹੜਾ ਲੈਵਲ ਇੱਕ ਹੋ ਜਾਂਦਾ, ਇੱਕ ਹੋਵੇ। ਸਹੀ ਗੱਲ, ਉਸਤਾਦ ਹੈ ਉਹ, ਠੀਕ ਹੈ। ਕੋਈ ਪ੍ਰੋਫੈਸਰ ਹੁੰਦਾ, ਕੋਈ ਸੁਸੀਅਰ ਪ੍ਰੋਫੈਸਰ ਹੁੰਦਾ, ਕੋਈ ਸਿੰਪਲ ਪ੍ਰੋਫੈਸਰ ਹੁੰਦਾ, ਲੇਕਿਨ ਹੁੰਦੇ ਸਾਰੇ ਹੀ ਪ੍ਰੋਫੈਸਰ, ਲਫ਼ਜ਼ ਨਾਲ ਪ੍ਰੋਫੈਸਰ ਜ਼ਰੂਰ ਲੱਗਦਾ, ਇਸ ਲਈ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਉਸਤਾਦ ਜੀ ਤੁਸੀਂ ਬਚਪਨ ਤੋਂ ਕਬੂਤਰਬਾਜ਼ੀ ਕਰ ਰਹੇ ਹੋ? ਬਚਪਨ ਤੋਂ ਨਹੀਂ ਕਰ ਰਿਹਾ, ਵੱਡੇ ਵੀ ਤੁਹਾਡੇ ਕਬੂਤਰਬਾਜ਼ੀ ਸੀ? ਨਹੀਂ, ਮੇਰਾ ਸਿਰਫ ਵੱਡਾ ਭਰਾ ਹੀ ਸੀ। ਵੱਡੇ ਹੀ ਆ ਗਏ ਹੋ ਵੀ, 7 ਸਾਲ ਦੀ ਉਮਰ 'ਚ ਤੁਸੀਂ ਇਹੋ ਜਿਹੀ ਗਰਮੀ ਵੇਖੀ ਸੀ? ਹਾਂਜੀ, ਗਰਮੀ ਬੜੀ ਬੜੀ ਪਈ ਹੈ। ਈਵਨ ਕਿ ਅਕਮਲ ਖਾਨ ਸਾਹਿਬ ਨੇ ਕਿਹਾ ਕਿ ਸਾਡੀ ਉਮਰ ਦੀ ਪਹਿਲੀ ਗਰਮੀ। ਨਹੀਂ, ਇਹ ਨਵੀਂ ਗਰਮੀ ਸੀ, ਇਹ ਗਰਮੀ ਇਹ ਸੀ ਕਿ ਤੁਸੀਂ ਇੱਥੇ ਜਦੋਂ 14 ਇੰਚ